बहुजन समाज की हर खबर पाने के लिए सब्सक्राइब करें अंबेडकर पीपल्स वॉइस और बेल आइकन दबाएं। और एमसीपीआई ये सत पार्टियां का एक असी कायम कर चुके हैं और जेडे लोग कहते इकट्ठे नहीं हो सकते पंजाब के लोगों को असी सत पार्टियां जड़िया लालवा दी पार्टियां तुहाडियां पार्टियां तुहानू इस पंजाब नू कांग्रेस और अकाली पार्टी कैप्टन अमरिंदर सिंह दे परिवार तो और प्रकाश सिंह बादल वर्गे परिवार को पंजाब नू मुक्त करवाना चाहुंदी जिहड़ियां पार्टियां उन्हां दा कट्ठ बना के तुहाडे सामने चरणां च पेश होए हैं। ये लोग जिहड़े कहिंदे भाओ मैं दो मिनट तुहाडे नाल गल्लां करनियां तो बहुत सारे साथी होर बोलणगे साडे सत्ता पार्टियां दे आगू जिहड़े कहिंदे है असीं बाबा अंबेडकर राव साहब ने बाबा भीम राव अंबेडकर साहब का बनाया हुआ संविधान जिहड़ा हिंदुस्तान सारिआं नूं बराबरी का नारा दिंदा है ये समाज नूं सारिआं नूं बराबर समाजवाद की गल करता सैकुलर नहीं कर करता डेमोक्रेटिक लैंस लोकसभा श्री आनंदपुर साहब के उम्मीदवार साढ़े बहुत ही सत्कारयोग छोटे बिक्रम सिंह जी साढ़े दरम्यान पहुंचे है उन्हों का भी पहुंचन से पंजाब डेमोक्रेटिक अलायंस वालों तय वालों हार्दिक स्वागत धन्यवाद जी मान ਜਥੇਬੰਦੀਆਂ ਪਾਰਟੀਆਂ ਨੂੰ ਭੁੱਲ ਕੇ ਇੱਕ ਪੀੜੀਆਂ ਝੰਡੇ ਥੱਲੇ ਸਾਰੇ ਇਮਾਨਦਾਰੀ ਨਾਲ ਕਰ ਰਹੇ ਆ ਸਾਰੇ ਪੰਜਾਬ ਦੇ ਅੰਦਰ ਸਾਥੀ ਸਾਰੇ ਪੰਜਾਬ ਸੀ ਦੋ ਸੀਟਾਂ ਮੈਂ ਆਪਣੀਆਂ ਕਹਿਣਾ ਚਾਹੁੰਦਾ ਆ ਅੰਮ੍ਰਿਤਸਰ ਤੇ ਫਿਰੋਜ਼ਪੁਰ ਆ ਨਾ ਜਿੱਦਾਂ ਪੀੜੀਆਂ ਦੇ ਨੇ ਖਾਸ ਤੌਰ ਤੇ ਬੀਐਸਪੀ ਦੇ ਭਰਾ ਜਿੱਦਾਂ ਲੜਾਈ ਲੜ ਰਹੇ ਹੈ ਰਾਜੂ ਜੀ ਨਾਲ ਲਗਾਤਾਰ ਸਾਡੇ ਨਾਲ ਗੱਲਬਾਤ ਕਰਦੇ ਹੈ ਇੱਦਾਂ ਮਹਿਸੂਸ ਕਰ ਰਹੇ ਆ ਜਿਵੇਂ ਉਹ ਆਪ ਲੜ ਰਹੇ ਹੋਣ ਸਾਨੂੰ ਲਗਾਤਾਰ ਗਲਤੀਆਂ ਵੀ ਦੱਸ ਰਹੇ ਆ ਹਸਾ ਵੀ ਦਿੰਦੇ ਆ ਇਹ ਸਾਡੀ ਏਕਤਾ ਸਾਰੇ ਪੰਜਾਬ ਸਾਰੇ ਭਾਓ ਅਸੀਂ ਕਹਿਣਾ ਚਾਹਾਂਗੇ ਇਹ ਏਕਤਾ ਕਾਇਮ ਕੀਤੀ ਹੈ ਏਕਤਾ ਕਾਇਮ ਰਹੂਗੀ ਕੋਈ ਕੋਸ਼ਿਸ਼ ਨਾ ਕਰੇ ਇਸ ਏਕਤਾ ਨੂੰ ਤੋੜਨ ਲਈ ਬੜੇ ਸਾਡੇ ਦੁਸ਼ਮਣ ਰੋਧ ਬੜੇ ਵਿਰੋਧੀ ਕੋਸ਼ ਕਰ ਰਹੇ ਹੈ ਅਸੀਂ ਕਹਿਣਾ ਚਾਹਾਂਗੇ ਪਾਰਲੀਮੈਂਟ ਸੀਟ ਚੋਂ ਜਿਹੜਾ ਇਹ ਰਾਜਾ ਕਹਿੰਦਾ ਸੀ 13 ਦੀਆਂ 13 ਸੀਟਾਂ ਜਿੱਤੂਗਾ ਔਰ ਮਹੱਲ ਚੋਂ ਨਿਕਲਦਾ ਨਹੀਂ ਸੀ ਔਰ ਉਸਾ ਪਾਕਿਸਤਾਨ ਚੋਂ ਜਿਹੜੀ ਆਈ ਆ ਉਹਦੇ ਮੋਢੇ 'ਚ ਬੈਠਾ ਰਿਹਾ ਜਿਸ ਤਰ੍ਹਾਂ 10 ਸਾਲ ਕਾਲੀਆਂ ਨੇ ਮਾਫੀਆ ਰਾਜ ਚਲਾ ਕੇ ਭੂ ਮਾਫੀਆ ਰੇਤਾ ਮਜਰੀ ਮਾਫੀਆ ਲੇਬਰ ਮਾਫੀਆ ਟਰਾਂਸਪੋਰਟ ਮਾਫੀਆ ਔਰ ਸ਼ਰਾਬ ਮਾਫੀਆ ਨਸ਼ੇ ਦਾ ਮਾਫੀਆ ਚਲਾ ਕੇ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਕੁੱਟਿਆ ਚੱਟਿਆ ਚੁੰਡਾ ਸਾਡੇ ਪੰਜਾਬ ਨੂੰ ਰੰਗਰੇ ਪੰਜਾਬ ਨੂੰ ਕੰਗਣਾ ਪੰਜਾਬ ਬਣਾਇਆ ਉਹੀ ਸਿਲਸਿਲਾ ਅੱਜ ਕਾਂਗਰਸ ਦੇ ਰਾਜ ਵਿੱਚ ਜੋ ਵਾਅਦੇ ਕਰਕੇ ਆਈ ਸੀ ਕਾਂਗਰਸ ਜਿਸ ਕਰਕੇ ਲੋਕਾਂ ਦੇ ਭੁਲੇਖੇ ਜਾ ਕੇ ਧੋਖੇ ਜਾ ਕੇ ਇਹਨਾਂ ਨੂੰ ਵੋਟਾਂ ਪਾ ਕੇ ਗੱਦੀ ਤੇ ਬਿਠਾਇਆ ਕਿ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ ਹਰ ਹਰ ਗਰੀਬ ਦਾ ਹਰ ਕਿਸਾਨ ਦਾ ਹਰ ਮਜ਼ਦੂਰ ਦਾ ਕਰਜ਼ਾ ਮਾਫ ਕਰਾਂਗੇ ਅਸੀਂ ਬਜ਼ੁਰਗਾਂ ਨੂੰ 2500 ਰੁਪਇਆ ਪੈਨਸ਼ਨ ਦੇਵਾਂਗੇ ਅਸੀਂ ਨਸ਼ੇ ਖਤਮ ਕਰਾਂਗੇ ਉਹ ਝੂਠੇ ਵਾਅਦਿਆਂ ਦਾ ਕੋਲ ਸਿਰਫ 2 ਸਾਲਾਂ ਵਿੱਚ ਖੁੱਲ ਕੇ ਸਾਹਮਣੇ ਆ ਗਿਆ ਹੈ ਅੱਜ ਲੋੜ ਹੈ ਪੰਜਾਬ ਨੂੰ ਬਹੁਜਨ ਸਮਾਜ ਨੂੰ ਜਿਹਦੇ ਵਿੱਚ ਆਪਾਂ ਸਾਰੇ 80% 90% ਲੋਕ ਮਿਹਨਤ ਕਰਨ ਵਾਲੇ ਕਿਸਾਨ ਖੇਤ ਮਜ਼ਦੂਰ ਕਾਰਖਾਨਾ ਦੇ ਮਜ਼ਦੂਰ ਰੇੜੀ ਖੋਲੀ ਵਾਲੇ ਮਜ਼ਦੂਰ ਪਿੱਛੇ ਚਲਾਉਣ ਵਾਲੇ ਆਟੋ ਚਲਾਉਣ ਵਾਲੇ ਟਰੱਕ ਚਲਾਉਣ ਵਾਲੇ ਜਾਂ ਹੋਰ ਲੋਕਰ ਚਲਾਉਣ ਵਾਲੇ ਲੋਕ ਹੈਗੇ ਹੈ ਅੱਜ ਉਹਨਾਂ ਵਾਸਤੇ 80% ਲੋਕਾਂ ਵਾਸਤੇ ਜਿੰਦਗੀ ਦੀਆਂ ਬੁਨਿਆਦੀ ਸੁਵਿਧਾਵਾਂ ਜੋ ਸਿਹਤ ਦੀ ਸੁਵਿਧਾ ਹੈਗੀ ਹੈ ਉਹ